أعوذ بالله من الشيطان الرجيم. بسم الله الرحمن الرحيم. صلوات صلی اللہ اللہ تعالی مجلس تھونے لا ٹھڈی صلوات پڑھ دے کوئی صلوات سارے الحمد لله رب العالمين الصلاة والسلام على سيد الأنبياء والمرسلين الصلاة والسلام على آدم بین المائے وطین بلند صلوات الصلاة والسلام على سیادات الجلیلات المخدومات یقیناً اس گرمی وچ تساں آئے روئن ہو بانیاں دا حکم ہے کیوں ہو کے دن غربت دے تے نی سارے لوگ پرائے تیری پہلی اکال غریبی دی گئی مادی قبر چلا آئے دے بدلے کربلا ویکھو دیاں بندہ اتھاں ہی لے ویندا جتھوں نبدی نہ ہوئے فوج ماری گئی بدن زخمی آخری ویلے خیام دے در تے آ کھڑا یاد ہے میں غریبا بانیان حکم نہ کریں دے شاید کوئی میں اور پڑھ دے وہاں انہاں دا حکم آئی جو ہیں ضرور کرائے اوکھی اٹھی علی دی دی کہنا دے اندروا کھڑیے تے وین کر کے آدھی اکیوں ہو کے دین غربت دے تینی سارے لوگ پرائے تیری پہلی حکال غریبی دی گئی مادی قبر حلائے تیریا سکیاں بھینا اجا جی دیا ہے تے میں ڈاوی رون نا گھبرائے جڑا دل دائی وہ حکم چاکار بان ویسا حسن دی جان جی باب میں ہزار دفعہ پڑھ دے وہاں لکھوار پڑھا میں اچھا دار دفعہ پڑھا گرمی ہے ہر بندے لفظ نہیں سنیا کیوں ہو کے دینے وہ غربت دے تینی سارے لوگ پرائے تیری پہلی حکال غریبی دی گئی مادی قبر حلائے تیریا سکیاں بھینا اجا جی دیا ہے تے میرا ویرون نا گھبرائے جڑا دل دائی وہ حکم چاکار بانو ایسا حسن دی جا مالک تو کو محفوظ رکھے مالک کہیں دا موتا جنا بناوے ایسا رزق دے میں جس رزق علی دے پترم حصہ ہوئے مالک علی ان ولی اللہ پڑا نالے اندھی حفاظت فرما علی دی اندھیاں تو انہوں کہیں دا موتا جنا بناوے تو اڑے مرہومین دے درجات بلند ہوئے تو اڑے گھران تے علمہ دے سائے کہیں گاوے بعد وفا ہوں گے آدھری ضروری میرے تبان میرے عزت الویر ممبر تے موجود ہے کیونکہ گرمی بڑی ہے میں چاہنا زیادہ دیر انتظار ہی نہیں میں انشاءاللہ باب میں کچھ اڑھیں دا فیسا میں مکمل حاضری جیسا لیکن تھوڑا جے کچھ ذاکر ٹائم تو زیادہ بھی چلو میں چاہنا جو ایک سطر تھوڑے ٹائم ڈپٹی مکمل ہوئے
ਤੇ ਭਾਈ ਦੇ ਹਵਾਲੇ ਮਿੰਬਰ ਕਰੀਏ ਜਿੱਥੇ ਬੈਠੇ ਅਲੀ ਦੇ ਪੁੱਤਰਾਂ ਦੀ ਜੰਨਤ ਇੱਥੇ ਫਕਤ ਤੇਰਾ ਬਹਿ ਵਜਣਾ ਹੀ ਬੰਦ ਇਹ ਨਾਰਾ ਸਲਵਾਰ ਦਾ ਮੈਂ ਨਾ ਅਗਲੀ ਡਿਗਰੀ ਫਕਤ ਬਹਿ ਵਜਣਾ ਇਬਾਦਤ ਇੱਥੇ ਬੋਲਣਾ ਇਬਾਦਤ ਇੱਥੇ ਸਾਹ ਲੈਣਾ ਇਬਾਦਤ ਬੰਦੇ ਨਹੀਂ ਅਕੀਦੇ ਬੋਲਦੇ ਨੇ ਮੈਂ ਨਾ ਬੰਦਾ ਬੈਠਾ ਜੰਨਤ ਚ ਹੋਵੇ ਦਿਲ ਚ ਅਲੀ ਹੋਵੇ ਮਿਹਰਬਾਨੀ ਸੇ ਸੋਹਣਾ ਹੈ ਜ਼ਰੀਆ ਉਹ ਸਾਰਾ ਲਾਵੇ ਹੋ ਹੀ ਨਹੀਂ ਸਕਦਾ ਮੈਨੂੰ ਜ਼ਾਹਿਰ ਮੈਂ ਜਿੱਥੇ ਹੀ ਪੜ੍ਹਾਂ ਤੇ ਮੈਂ ਵਾਜਿਬ ਸਮਝ ਕੇ ਲਫ਼ਜ਼ਾ ਦਾ ਦੁਨੀਆਂ ਦੇ ਕਿਸੇ ਕੋਨੇ ਤੇ ਵੰਜ ਆਪਣੇ ਇਮਾਮ ਦਾ ਨਾਂ ਚਾਹ ਤੈਨੂੰ ਸ਼ਰਮਿੰਦਗੀ ਮਹਿਸੂਸ ਨਾ ਹੋ ਮਿਹਰਬਾਨੀ ਔਰ ਆਜ਼ਾਦਾਰ ਘਰੋਂ ਪਹਿਲਾ ਕਦਮ ਚਾਹੁੰਦੇ ਸਵਾਬ ਲਿਖੀ ਹੋਈ 14 ਦੀ ਤਾਈ ਦੇ ਹੱਥ ਚਾਕ ਗਵਾਈ ਦੇਸੇ ਮਾਸ਼ਾਅੱਲਾ ਲੜੇ ਹੱਥ ਗਵਾਈ ਦੇਸੇ ਜ਼ਬਾਨ ਨਾਲ ਬੁਲੇ ਸੇ ਜ਼ਬਾਨ ਗਵਾਈ ਦੇਸੇ ਅੱਜ ਦੇ ਦਿਨ ਦਾ ਸਦਕਾ ਚਲੋ ਸ਼ਹੀਦ ਦੀ ਸਤਰ ਸਾਹਮਣੇ ਆ ਗਈ ਨਾ ਛੁੜੇਂਦਾ ਅਲਾਮਾ ਨਾਸਰ ਅਬਾਸ ਮੁਲਤਾਨ ਵਾਲੇ ਵਕੀਲ ਹੱਕ ਸੈਯਦਾ ਯਕੀਨਨ 14 ਦੀ ਕਚਹਿਰੀ ਚ ਨਹੀਂ ਉਹ ਪੜਦੇ ਨੇ ਹਰ ਦਿਲ ਚ ਅਲੀ ਅਲੀ ਨਿਕਲ ਸੀ ਕਿ ਜ਼ਮਾਨਾ ਅਲੀ ਕੋ ਛੋੜ ਦੇ ਜ਼ਮਾਨਾ ਅਲੀ ਕੋ ਛੋੜ ਦੇ ਅਲੀ ਕਾ ਜਾਤਾ ਕੁਛ ਨਹੀਂ ਜਿਸੇ ਅਲੀ ਛੋੜ ਦੇ ਉਸਕਾ ਰਹਿਤਾ ਕੁਛ ਨਹੀਂ ਮਿਹਰਬਾਨੀ ਸਾਰੇ ਸਾਰੇ ਹਾਏ ਦਰੀ ਬਿਸਮਿਲ੍ਲਾ ਸਰ ਮਾਲਕ ਸਲਾਮਤ ਰੱਖ ਇਸ ਗੱਲ ਨੂੰ ਸ਼ੀਆ ਸੁਨੀ ਮੰਨਦੇ ਨੇ ਪੂਰੀ ਕਾਇਨਾਤ ਰਿਜ਼ਕ ਖਾ ਰਹੀ ਹੈ ਪਾਕ ਨਬੀ ਦੀ ਜੁੱਤੀ ਦਾ ਸਦਕਾ ਬੋਲੋ ਇੱਜ਼ਤ ਆਲਾ ਨਬੀ ਅਸਾਂ ਉਹਨਾਂ ਨੂੰ ਮੰਨਿਆ ਜਿਨ੍ਹਾਂ ਨੂੰ ਅੱਲਾ ਚੁਣਿਆ ਜਿਨ੍ਹਾਂ ਦਾ ਕੁਰਾਨ ਕਸੀਦਾ ਬਣ ਕੇ ਆਇਆ ਇੱਜ਼ਤ ਆਲਾ ਨਬੀ ਫਰਮਾ ਰਹੇ ਜੇ ਤਾਈ ਵਈ ਨਾ ਆਵੇ ਨਾ ਅਲਾਵਣ ਆਲਾ ਨਬੀ ਫਰਮਾ ਰਹੇ ਹੁਸੈਨ ਦਾ ਨਾਨਾ ਫਰਮਾ ਰਹੇ ਕੋਈ ਆਲਾ ਅਦਨੈ ਅਮੀਰ ਗਰੀਬ ਏ ਜਿਹੜਾ ਬੰਦਾ ਮੇਰੇ ਹੁਸੈਨ ਦੀ ਇੱਜ਼ਤ ਕਰੇ ਸੀ ਤਾਂ ਮੈਂ ਰਸੂਲ ਅੱਲਾ ਉਹਦੇ ਹੱਕ 'ਚ ਦੁਆ ਕਰੇ ਸੀ ਆਖਰੀ ਮਾਖਰੀ ਕੋਈ ਆਲਾ ਅਦਨੈ ਅਮੀਰ ਗਰੀਬ ਏ ਜਿਹੜਾ ਬੰਦਾ ਮੇਰੇ ਹੁਸੈਨ ਦੀ ਬੋਲੋ ਇੱਜ਼ਤ ਕਰੇ ਸੀ ਮੈਂ ਰਸੂਲ ਅੱਲਾ ਉਹਦੇ ਹੱਕ 'ਚ ਦਿਲ ਠਰੀ ਦੁਆ ਤੇਰਾ ਹੱਕ ਬਣਦਾ ਇੱਥੇ ਬੋਲਣ ਨਾਲ ਬੰਦਾ ਇੱਜ਼ਤਦਾਰ ਬਣਦਾ ਕਿਹੜਾ ਬਖਤ ਵਾਲਾ ਬੰਦਾ ਹੈ ਪਿਆਰ ਹੁਸੈਨ ਨਾਲ ਕਰੇ ਦੁਆ ਮੁਸਤਫਾ ਕਰੇ ਹਾਏ 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 ਮਿਹਰਬਾਨੀ ਸਰ ਕਿਹੜਾ ਖੁਸ਼ ਨਸੀਬ ਉਹ ਇਨਸਾਨ ਹੈ ਵੀ ਮੁਹੱਬਤ ਹੁਸੈਨ ਨਾਲ ਦੁਆ ਮੁਸਤਫਾ ਫਿਰ ਫਰਮਾਨ ਕਿ ਜਿਸ ਮੈਂ ਇੱਥੇ ਕਲਮਾ ਪੜ੍ਹਿਆ ਉਸ 'ਤੇ ਵਾਜਿਬ ਹੈ ਉਹ ਬੰਦਾ ਮੇਰੇ ਹੁਸੈਨ ਦੀ ਇੱਜ਼ਤ ਕਰੇ ਉਸ ਤੇ ਵਾਜੇ ਵੀ ਬੰਦਾ ਮੇਰੇ ਹੁਸੈਨ ਨਾਲ ਪਿਆਰ ਕਰੇ ਫਿਰ ਨਬੀਆਂ ਦਾ ਸੁਲਤਾਨ ਫਰਮਾ ਰਿਹਾ ਕਿ ਜਿਹੜਾ ਅਕੀਦਤ ਨਾਲ ਇਨਕਸਾਰੀ ਨਾਲ ਆਜ਼ੀ ਨਾਲ ਮੇਰੇ ਨਵਾਸੇ ਹੁਸੈਨ ਦੀ ਜ਼ਵਾਰੀ ਤੇ ਵੇਂਦੇ ਨਬੀਆਂ ਦਾ ਸੁਲਤਾਨ ਫਰਮਾ ਰਿਹਾ ਜਦੋਂ ਤਵਾਫ ਕਰਕੇ ਜਾਲੀ ਚੁੰਮ ਕੇ ਪਿੱਛਾ ਹਟਦੇ ਤਾਂ ਮੈਂ ਰਸੂਲ ਪਿਆਦਾ ਦਾ ਮਕਬੂਲਾ ਹਜ ਦਾ ਸਲਾਮ ਨਹੀਂ ਗਰਮੀ ਬੜੀ ਹੈ ਲੇਕਿਨ ਇਹਨਾਂ ਦੇ ਨਾਮ ਚਾਵਣ ਨਾਲ ਖਤਮ ਹੈ ਕੁਰਾਨ ਦਾ ਸਵਾਬ ਸੋਹਣਾ ਨਾ ਸਾਰੇ ਸਾਰੇ ਬੋਲੋ ਇਨਸ਼ਾਅੱਲਾ ਬਸ਼ਰਤ ਜ਼ਿੰਦਗੀ ਬਾਵੀ ਰਮਜ਼ਾਨ ਮਲੰਗ ਕੋਲ ਹਾਜ਼ਰੀ ਹੋ ਸੀ ਇਨਸ਼ਾਅੱਲਾ ਬਸ਼ਰਤ ਜ਼ਿੰਦਗੀ ਮੌਲਾ ਦੇ ਢੇਰ ਮਦਦ ਮੈਂ ਰਸੂਲ ਪਿਆਦਾ ਬੰਦਾ ਨਾਲ ਬੈਠੇ ਕਹਿ ਕਹਿ ਲੈ ਪੜਾਇਆ ਕਰੋ ਥੋੜੇ ਜਿਹੇ ਬਾਈ ਦੇ ਨਾਲ ਅੱਲਾ ਜ਼ਿੰਦਗੀ ਕਰੇ ਮਜ਼ਾ ਨਾਲ ਬੜੇ ਸੋਜੀ ਸੁਰੀਲੇ ਕਸੀਦੇ ਸੁਣੇ ਤੇ ਮੇਰੇ ਸੋਜੀ ਤੁਸੋਂ ਮੈਂ ਰਸੂਲ ਪਿਆਦਾ ਬੰਦਾ ਨਾਲ ਬੈਠਾ ਹੀ ਹੋ ਸਕੇ ਜੀ ਇਹ 10 ਹਜ ਦਾ ਸਵਾਬ ਹਜ਼ੂਰ ਫਰਮਾਇਆ 20 ਹਜ ਦਾ ਸਵਾਬ ਹੋ ਸਕੇ ਜੀ 20 ਹਜ਼ੂਰ ਫਰਮਾਇਆ 30 ਬਾਰਵੇਂ ਦੇ ਕਦਮਾਂ ਤੇ
سب تو چھوٹا نوکراں بادشاہ حسین دا قبر حسین تے کھڑا خلاف قابل خلاف تو گھٹ نہیں کل اس ویلے تائیں بولے تے واہ واہ کرے دا تھوڑی جملہ وڈا ہے کی تے بولے سن او ساکیا 70 حضور فرمایا 80 او ساکیا 80 چہرہ نبوت جلال ہے سرکار فرمایا 80 نہیں ہن ہے 90 مقبولہ حج دا ثواب تے حاجی عام نہیں یا مصطفیٰ نال یا مرتضیٰ نال سننا ہے بسم اللہ تیرا چھواں بادشاہ فرما رہے سارے صلوات پڑھو اللہم صلی اللہ چھویں سرکار فرما رہے نمک نال کھا کربلا ضرور کیا مظلوم کربلا نواب کربلا دی زواری دا ثواب یہ میں لفظ واجب سمجھ کے پڑھتا ہوں بندہ ایک معصوم کو لے لفظ نے ان کتاب نے لکھا ہوا میں جانا ذمہ وار نہ لفظ بندہ معصوم کو لے سکے بادشاہ حج کتنے واجب ہے معصوم فرمائے ایک اسا کے بادشاہ بندہ امیر ہو پھر بھی ہے اچھا قریب تو لطف لو ستردہ تلاف زیادہ معصوم فرما رہے ہیں غریب ہے تو چھٹی مہربانی جڑا بول گئے اگر استطاعت رکھو تو کہ بادشاہ بندہ لکھا نہیں تھا کروڑا پتی ہوئے پھر بھی اسے کہ جی اربا پتی ہوئے پھر بھی اے چونے ازادار بیٹھے ہو ذاکری نہیں تیرے دل درد ضروری نہیں ہر غلط زور لما تو بولو چونے ازادار میں لفظ حوالے کر کے جا رہے ہیں اس قدم چمے بادشاہ بندہ تھوڑے تھوڑے پیسے جمع کرے جدہ زیادے ہوئے دھیر ہو جاویں بندہ پھر کی دے ونجے معصوم فرمایا کربلا اے 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 اسے کہ بلدے سال پھر اتنے ہوئے فرمایا کربلا کئی دفعہ کربلا فرمایا ادھے بادشاہ حج دے متعلق ایک دفعہ فرمائے کربلا دے متعلق کئی بار یہ معرفت دے فرمائے سرچا جڑا حج دے ویندے واجبی سوابی جڑا کربلا ویندے وہ سر چکر لیندے طواف ہکے نوے مقبولہ حج دے سواب جے مٹی نو خاک شفا بنائے جے رکھیے کچھ نہیں جے مہمان مرائے مس لاندے کھارے چڑھ دے غاصب نہ جیندا لفظ منبر تے نہ چے اندر جات بلندن میرے چاچا جان ذاکر غزن فرباس مشال علی کیسے کیسے لوگ قبراں دی زینت بن گئے ثواب انہاں دی قبر تے پہنچیو پڑھ دے انہاں چاگیر دو لاشاں دا ڈھیر ہے واتیا دا بیٹھے کوئی ہور بھا رہی تا بھیج تو سنا رونو میں تو سی گھر چھوڑ کے نہیں تھا ہوا تو باہر نہیں آیا تو رو میں نہ آیا میں پہلے آکھے دھیئے مندہ لائے اتھائی میں دا جی تھو نب دینا ہوئے میں نو کائنات اچھ کوئی ایک ایسی بہن بھی کھا جن دے سامنے قطار کٹھی پئی ہوئے تو وہ بہن قاتل کل کھاڑ کے پوچھے تو آکھیں میں رو ماں مقدر علی دیئے دیئے دا اس رو من دا پتا تے کو قبر چلک سے ادھا علی علی وازہ سے پیار نال پوچھے میری دیئے نو رو دا رہے ہیں میں پہلے آکے اس گرمی تیرا فقط بے ونجنہ عبادت ہے زین کربلائی تے سرچا دو لاشاں خیام اچھ نہیں آئیں ہاتھ کھلائے جڑے بدی بیٹھے ہو میں آکے دو لاشاں خیام اچھ ایک علمال دی ایک کربلا دے غریب حسین دی آنج نہیں تا آئے واسے جیڑی گرمی جو آئے روحے نے فرقی آغازی دی لاش چاون دے کابلائی حسین دی چاون آلا کوئی نہیں جن دی بہن ہی کو بہن کر کے آ دیا میں شاہ مرحبا مرحبا قبول ہون دی سب پچھ دی روانی دے سین دی وارس مجونن آخری ویل خیام میں چاہ میٹھے آلیہ میں دی زندگی زنا معصوم میں بازارہ دربارہ چین دے خیال رکھیں درجات بلندن میرے استاد دے باوے عرب سن شاہ اور پڑھ دین دی دا سر چمکے دن پھپیاں نتام نہ کرے جتھے جا ملی اتھے ہی سب ہونے کتنے ہتھا تے ماتم دی لکیرے وطوین کر کے آدن تس سے پرددار میرا آخری سلام حوصلے علی بہن حسین دی بزرگ پڑھ دین بیرا بیرائی بہنی بہنی بیرادرے کیا دیئے جے کرن سلام اخیری آئے میری امڑی دا سرمایا میں جان دیا جے غرض کی تے ہی ویس فقیری پایا
ਬੰਦਾ ਨਹੀਂ ਆਇਆ ਜਾਂਦੀ ਹਾਏ ਨਾ ਨਿਕਲੇ ਪਹਿਲੇ ਜਲ ਚਾ ਫਾਤਿਹਾ ਅਲੀ ਅਕਬਰ ਦਾ ਮੇਰੀ ਸੈਣ ਨੇ ਰੋ ਫਰਮਾਇਆ ਵਾਜੇ ਇਹ ਨਾ ਆਖੇ ਅਮੜੀ ਕੋ ਮੈਂ ਕੋ ਭੇਣੀ ਨਹੀਂ ਪਰਚਾਇਆ ਬੜੇ ਸੋਹਣੇ ਪਾਕ ਮੁਰਸ਼ਦਾਦੀਆਂ ਤੁਹਾਡੀ ਤੇ ਮੇਰੀ ਨੌਕਰੀ ਕਬੂਲ ਕਰਨ ਜ਼ਿਆਦਾ ਮੈਂ ਦਿੱਠਾ ਸੁਫੈਦ ਰੀਚ ਬਜ਼ੁਰਗ ਜਿਨ੍ਹਾਂ ਦੀ ਦਰਦ ਚ ਆਏ ਨਿਕਲੀ ਬਜ਼ੁਰਗਾਂ ਦੀ ਸਤਰ ਪੜਦਾ ਮਜ਼ਲੂਮ ਕਰਬਲਾ ਕਹਿ ਵੇਲੇ ਸੱਜੇ ਦੇ ਦੇ ਕਹਿ ਵੇਲੇ ਖੱਬੇ ਅਲੀ ਦੀ ਦੀਆ ਦੀ ਆਸੇ ਪਾਸੇ ਕਹਿ ਦੇ ਦੇ ਸਈਦਾ ਦੇ ਮੇਰੀ ਮਾਂ ਫਿਜ਼ਾ ਕਿਨ ਗਈ ਜੇ ਸਈਦਾ ਨੂੰ ਵਸਦਾ ਡਿੱਠਾ ਉਜੜਦਾ ਫਿਰ ਕਬਰਾਂ ਨਾਲ ਹੀ ਵਫਾ ਹੈ ਉਹ ਜੀਂਦਿਆਂ ਨਾਲ ਹਰ ਕੋਈ ਨਹੀਂ ਬਹਿੰਦਾ ਕਬਰਾਂ ਨਾਲ ਏਡੀ ਵਫਾਦਾਰ 35 ਸਾਲ ਆਲੀਏ ਦੀ ਕਬਰ ਤੇ ਗੁਜ਼ਾਰ ਛੋੜੇ ਚੌਰਸਤੇ ਤੇ ਵੰਜ ਖੜਦੀ ਹੈ ਆਂਦਿਆਂ ਜਾਂਦਿਆਂ ਰਾਈਆਂ ਨੂੰ ਪਾਣੀ ਪਿਲਾਵਿਆ ਇੱਕ ਵਹਿਣ ਕਰਕੇ ਆਦੀ ਹੈ ਰਜ ਰਜ ਪੀਓ ਮੈਂ ਕਰਬਲਾ ਤਸੇ ਸਮਾਈ ਆ ਬੀਬੀ ਅਦੀ ਕਿਤਨਾ ਟਾਈਮ ਹੋ ਗਿਆ ਕੱਲੀ ਫਿਰ ਆਉਂਦੀ ਸ਼ਬੀਰ ਕੋਲ ਆ ਕੇ ਦਿਨ ਅੰਮਾ ਮੇਰੀ ਮਾਂ ਦੇ ਰੁੱਲੇ ਦੁੱਖ ਨਿਭਾਏ ਨੀ ਅੰਮਾ ਤੁਸਾਂ ਵੱਖਰੇ ਕਿਉਂ ਫਿਰ ਆਉਂਦੇ ਆਂਦੀ ਹੁਸੈਨ ਹੁਣ ਪੁੱਛਣਾ ਕੀ ਆਖਾਈ ਦਰਦਾਂ ਵਾਲੇ ਲੋਕ ਬੈਠੇ ਹੋ ਅੰਮਾ ਤੁਸਾਂ ਵੱਖਰੇ ਕਿਉਂ ਫਿਰ ਆਉਂਦੇ ਹੋ ਕਬਰਾਂ ਦੀ ਜ਼ੀਨਤ ਬਣ ਗਏ ਜਿਹੜੇ ਸਤਰਾਂ ਪੜਦੇ ਆ ਬੀਬੀ ਆਦੀ ਮੈਂ ਹੀ ਵਾਸਤੇ ਕੱਲੀ ਫਿਰ ਆਉਂਦੀ ਹਾਂ ਮੈਂ ਕੋ ਖਬਰ ਨਾ ਹੀ ਇੰਜ ਉਜੜ ਹੋਏ ਸੀ ਨਹੀਂ ਤਾਂ ਸਾਰਾ ਵਸ ਮੈਂ ਲੈਂਦੀ ਕੋਈ ਕਾਸਦ ਭੇਜ ਕੇ ਹਬਸ਼ ਦੇ ਪਾਸੇ ਮੈਂ ਆਪਣੀ ਫੌਜ ਆਏ ਮਰਹਬਾ ਮਰਹਬਾ ਚਲਾਏ ਦੇ ਬਦਲੇ ਕਰਬਲਾ ਵੇਖੋ ਜਿੱਥੇ ਲੱਥ ਹੈ ਨਾ ਉੱਥੇ ਕੁੱਠਾ ਨਹੀਂ ਪੁੱਤਰ ਅਕਬਰ ਦੀ ਮੌਤ ਤੋਂ ਪਹਿਲੇ ਮੈਂ ਆਪਣੀ ਰਈਅਤ ਕੋ ਰਹਿੰਦੀ ਤੇਰੇ ਚੰਨ ਕਾਸਿਮ ਦੀ ਲਾਸ਼ ਤੇ ਇੰਜ ਘੋੜੇ ਵੱਜਣ ਮਰਹਬਾ ਮਰਹਬਾ ਜੋਲੀ ਵਧਾਵੀ ਜ਼ਿੰਦਗੀ ਮੈਂ ਹਜ਼ਾਰ ਦਫ਼ਾ ਪੜ੍ਹਾਂ ਤੇਰੇ ਪੁੱਤਰ ਅਕਬਰ ਦੀ ਮੌਤ ਤੋਂ ਪਹਿਲੇ ਮੈਂ ਆਪਣੀ ਰਈਅਤ ਕੋ ਰਹਿੰਦੀ ਤੇਰੇ ਚੰਨ ਕਾਸਿਮ ਦੀ ਲਾਸ਼ ਉੱਤੇ ਇੰਜ ਘੋੜੇ ਵੱਜਣ ਲੱਗਦੀ ਬਾਨੀਆਂ ਹੁਕਮ ਕੀਤੇ ਸਤਰ ਮੁਕੰਮਲ ਪੜਿਆ ਹੈ ਬੜੀ ਗਰਮੀ ਹੈ ਮੈਂ ਆਖਿਆ ਜਿੱਥੇ ਲੱਥ ਹੈ ਉੱਥੇ ਬੋਲੋ ਕੁੱਠਾ ਨਹੀਂ ਜਿੱਥੇ ਕੁੱਠਾ ਹੈ ਉੱਥੇ ਜ਼ਾਹਿਰ ਗਵਾਈ ਦੇ ਸੇ ਨਹਿਰ ਅਲ ਕਮਾਂ ਦੇ ਕਿਨਾਰੇ ਭੱਜਦੇ ਹੋਏ ਘੋੜੇ ਤੋਂ ਲੱਥ ਹੈ ਜਿੱਥੇ ਮਸਜਿਦ ਇਮਾਮ ਜ਼ਮਾਨਾ ਹੈ ਤੇ ਜਿੱਥੇ ਕੁੱਠਾ ਹੈ ਕਿਤਨਾ ਸਫ਼ਰ ਹੈ ਮੁੰਨਾ ਕਿਲੋਮੀਟਰ ਹੀ ਅੰਦਰ ਮੈਂ ਨਹੀਂ ਦੱਸਿੰਦਾ ਇਹ ਸਫ਼ਰ ਮਜ਼ਲੂਮ ਕਿਵੇਂ ਕੀਤਾ ਹੈ ਜਿਨ੍ਹਾਂ ਦੀ ਹਾਏ ਨਹੀਂ ਨਿਕਲੀ ਇੱਕ ਵੈਣ ਕਰਕੇ ਦੇ ਕੁਝ ਨਾ ਆਖੋ ਮੈਂ ਬਹਿਣਾ ਤੋਂ ਮਿਲਣ ਫਿਰ ਬਹਿਣਾ ਬਹਿਣਾਂ ਨੂੰ ਦਿੰਦਾ ਬੈਠਾ ਤਸੱਲੀਆਂ ਕਮੀਨੇ ਦਿਨ ਫੌਜ ਤਾਂ ਮੁੱਕ ਗਈ ਸੀ ਬਹਿਣਾਂ ਦੇ ਸਹਾਰੇ ਬਦਲ ਲੈਂਦੇ ਔਖਾ ਉੱਠਿਆ ਆਲੀਆ ਮੈਂ ਦਰ ਤੇ ਖੜਦਾ ਤੂੰ ਮੇਰਾ ਚਿਹਰਾ ਵੇਖ ਦੁਸ਼ਮਣ ਕੰਨ ਐਨ ਬੈਨ ਬਰਾਦ ਦੇ ਕਿਆ ਦੀ ਤੈ ਮਾਰਿਆ ਵੰਜਣਾ ਹੈ ਮੈਂ ਵੰਜਣਾ ਹੈ ਬੰਦਾ ਅਮੀਰ ਆਈ ਜਾਂਦੀ ਬੈਨ ਗੈਰ ਸ਼ਾਮ ਤੇ ਆਏ ਨਹੀਂ ਨਿਕਲੀ ਤੇ ਸ਼ਾਮ ਡਿੱਠੀ ਨਹੀਂ ਸ਼ਾਮ ਵੰਜੀ ਮੈਂ ਤਾਂ ਪਤਾ ਲੱਗਦਾ ਜੋ ਕਿਹਦਾ ਔਖਾ ਬਿਰਾ ਬਚਾਇਆ ਬੀਬੀਆਂ ਦੀ ਤੈ ਮਾਰਿਆ ਵੰਜਣਾ ਮੈਂ ਸ਼ਾਮ ਦੱਸੇ ਸਾਂ ਜਿੱਦਾਂ ਮੈਂ ਬਿਰਾ ਤੂੰ ਨਿਖੜੀ ਹਾਮੂ ਵਿੱਥ ਕਿਤਨੀ ਹਈ ਮੈਂ ਸ਼ਾਮ ਦੱਸੇ ਸਾਂ ਜੋ ਮੇਰਾ ਨਮਾਜ਼ੀ ਕਿਹਦਾ ਹਾਂ ਮੈਂ ਸ਼ਾਮ ਦੱਸੇ ਸਾਂ ਮੇਰਾ ਔਖਾ ਲੱਥਾ ਕਿਵੇਂ ਬੀਬੀਆਂ ਦੀ ਪੁੱਛਣ ਲੜਦਾ ਕਿਵੇਂ ਆਈ ਮੈਂ ਤਾਂ ਤੇਰੀ ਜੰਗ ਡਿੱਠੀ ਨਹੀਂ ਸਈਦਾ ਦੇ ਉਸ ਵੇਲੇ ਆਖਾਈ ਜਿੱਦਾਂ ਫੌਜ ਹੀ ਮੁੱਕ ਗਈ ਹਾਏ ਬਾਬਾ ਜੀ ਰਾਜ਼ੀ ਰਾਜ਼ੋ ਅਮਰ ਮਲ ਸ਼ਾਹ ਜੀ ਤੁਹਾਡਾ ਹੁਕਮ ਆਈ ਵਾਦਾ ਵਫਾ ਹੋ ਗਿਆ ਇੱਕ ਹਮਲਾ ਸੁਣੋ ਨਾ ਭੈਣਾ ਦੀ ਇੱਕ ਹਮਲਾ ਦਿਖਾ ਖਿਆਮ ਤੋਂ ਬਾਹਰ ਇਹਨ ਕਹਿ ਵੇਲੇ ਫੁਰਾਨ ਦੜੇ ਦਿਨ ਕਹਿ ਵੇਲੇ ਮੁਕਤਲ ਦੜੇ ਕੇ ਦਿਨ ਕਿਨ ਗਏ ਉਹ ਘੋੜੇ ਤੇ ਚੜਾ ਮੜਾ ਲੈ ਬਾਬਾ ਰਿਆ ਸ਼ਾਹ ਜੀ ਰਤਵਾਲ ਵਾਲੇ ਦਰਜਾਤ ਬੁਲੰਦ ਨੂੰ ਪੜਦੇ ਹੁੰਦੇ ਹਨ ਜਦੋਂ ਮਜ਼ਲੂਮ ਹੈ ਕਰਬਲਾ ਪਹਿਲੇ ਸਵਾਰ ਹੋਵੇ ਨਾ 16 ਹੱਥ ਰਕਾ ਹੈ ਚਾਹਦੇ ਆਏ ਕਿਦੋਂ ਅੱਬਾਸ ਹੱਥ ਵਧਾਏਗਾ ਕਿਦੋਂ ਅਕਬਰ ਯਾ ਦਰ ਤੂੰ ਇੱਕ ਵੈਣ ਆਇਆ ਆਪਣੀ ਮੁੱਕ ਗਈ ਆਈ ਭੈਣ ਦੀ ਹਾਰੇ ਰਹੀ ਮਰਹਬਾ ਮਰਹਬਾ ਜੋਲੀ ਵਧਾਵੇ ਬਾਰਹਾ ਮੀਲ ਦੇ ਅਲੀ ਅਕਬਰ ਦੇ ਬਾ ਮੈਨੂੰ ਅਲਮ ਨਸਬ ਕੀਤੇ ਸ਼ਬੀਰ ਫਰਮੈ ਤੁਹਾਡੇ ਕੋਲ ਲੱਖਾਂ ਦੀ ਫੌਜ ਮੇਰੇ ਪੁੱਤਰ ਮੇਰੇ ਭਰਾ ਮੇਰੇ ਭਤਰੀਜੇ ਮੇਰੇ ਮਹਿਮਾਨ ਮੇਰੇ ਮਸ ਲਾਂਦੇ ਤੂੰ ਚੁੱਪ ਕਰ ਗਿਆ ਗਰੀਬ ਆਦੇ ਮੇਰੇ ਦੁੱਧ ਪੀਂਦੇ ਮਰ ਗਏ ਨੇ ਮੈਂ ਕੱਲਾ ਖੜਕ ਲੜਾਏ ਮੁਰਤਜਸ ਦੀਆਂ ਵਾਗਾਂ ਚਾਹੀਆਂ ਘੋੜਾ ਅੱਜ ਮੈਂ ਲੜਨਾ ਆਦਾ ਸਿੱਖ ਦਾ ਵਧਾ ਜ਼ੇਨ ਕਰਬਲਾ ਤਲਾਏ ਵਾਲ
پچھا اکبر دے قاتل تو جو دے سونے جوان کی میں مری دے نا بہن درد قریبا کلی ایک حملہ تے ایک بہن بھائی دے حوالے منبر شبیر گھوڑے دی اواگا چائیاں پہلا حملہ کیتا فرمایا اللہ اکبر تے فوجا نسیاں جی میں بہن درد تو ڈٹھا دی جی میں لڑدا بدائے آج تسا نہ ہوئے ہا جن دے ہاتھ اللہ بنائے ماتم حسین دوجا حملہ کیتا ہے جیڑا زخمی گھوڑا ہائی اوکھی گردن پھیری اسا دے ہور مار انہ تیرا غازی مار ہے جہاں ساری سینا نہیں رکھدا انج ہائے کرے جی میں جنازہ اٹھدا تو آیا جنازے واسطے تریجے حملے چ کوئی ایڈا جوش آئی اچانک حسین دا گھوڑا اتھوا گزرائے جتھے بغیر بازواں دے ابا سٹھ ہویا آدن وے کلا ودا لڑدا میرے ماں مرحبا مرحبا اے آکا جی میں ہائے کیتی غازی میرے مان مکھ گئے ہولے ہولے آواز آئی چپ کھا گئی انج لڑنا ہوئی ایک حملے دی نوکر نو دے میں اجازت با میرا پڑھ دین ایک گھنٹہ نماز چو بچ ویندا کوئی کمی نہ نظر نہ آویا کنڈ تک ہاتھ ہے بس کر نماز دا وی لئی منت کرے سب مظلوم دا سب تو چھوٹا نوکر نماز نہ چھوڑے علی ولی اللہ نہ چھوڑے ازاداری نہ چھوڑے اے میں نہیں کہ شعر نے لکھے کہ نماز دی خاطر کس گئے نہیں تے حسین دے سے رہا والے پکھیاں تے کلینہ تے نماز پڑھنی سوکھی پتر کو ہا کے نماز پڑھنی اوکھی ستارویں قدم تے زل جنا انہا قدم تے ولے اسا جھلے ہیں سانجی ہے کرو تو ویند نیڑے آندہ پیا آجی حیوان دا احترام کرے نے ایڈی وفا کیتی مسلمان مرے دے رہے ایمان بولو بچیں دا جیڑے پاسو تیر آویاں اپنا پاسا کر کے آدھائی چاڑا تیری ماں دی چادر یاد آگئی ہے سیدہ دا اے پاک شالہ آئے دے بدلے کربلا وے کھوئے پاک تلوار میری بہن مجنے میں تے ہی کا گلا کے مظلوم تے اوکھی بن گئی ہے ان زخم شدید بدن میں کل درد بھلا بیٹھا پڑھ دا ہے تے شبیر نماز امان وے سیدہ دا منت کرے نا اینج نہیں رسنا جی میں مہیں جنے آن تڑی زین تو ریتلے بن وچ آنکھیں کوئے حالت ہے اللہ راسی دی جی میں حسن آئی سور کفا سیدہ دے والوانج میں راضی اللہ راضی نانا راضی میری ماں راضی مولا فوجہ نیڑے آگین مولا میں تو انہوں لائے کہ نکلوے نا آنکھوں نجف بابے کو لے ونیا سیدہ دے بابا آئے وے آدھے بھینا ملے نا جڑے زہر بیٹھے گوائی دے سو اے خیامن ایٹل ہے ذہن بیا جتھے آلیہ کھڑی رہی او جا اچھی سامنے وکھیوے مظلوم دی مقتلے جتھے براق اٹھا او جا جکیے سیدہ دے بھینہ میری ستر قدم دے فاصلے تے ہاں نہیں آئے واسے تے آدھے ماں ملاواں سیدہ دے امت رات دیا ہی ہوئی ہے نہ تیرا امتحان لوینا یا نہ میں لوینا ہے پرس دی خاطر ایک ستر ایک وین کر کے میں سلام کر رہا ہوں آدھے نانے کو لے میں سیدہ دے نانے روندہ ودے شاللہ ماں پیوں نو نصیب ہوئے چھوٹا بچے روندہ بیٹھے اللہ گواہے کہیں اکھی نال نہیں ڈٹھا کی میں اجڑے نہ بہن بھی رہا سیدہ دے منت کرے نہ نامے نو نجف لے وانے نہ بہنہ کول نہ مدینہ نہ ماں دی قبر تے بھاوے زخمیاں مطنے گل چبائیں پینا آدھے مولا تے کی دے لائے ونیا روک سیدہ دے گین ونیا اکبر دی لاشو تے جین دی ہونا مسلان دی پیئے جے کسال اٹھارا برکیا ویچا میری بین مرحبا مرحبا سارے آئے میں نو کرم سیدہ دے جڑے ویلے دا اکبر لتھا ہے دید موک گئی ہے میری کمر جھوک گئی ہے وین پردہ محرم چاہ سارے آئے شامل ہو تو وین کردہ بھائی مظاہر میں نو شہر دا نا نہیں آن دا کچھی دا بھائی جاؤں شہر اس حد کر چھوڑی ہے آپ لکے دم آتمیاں اس اندار دے چاہے کی تیئے والایا ہے اون لکھا ہے جدہ مظلوم کربلا پوتر کلائن بابا جی تے حالت کیڑیا ونگ دیا زلفا اہلی اکبر دیا
रात वे चतर दियां डिठियां ओ हाथ मार के सैयद धरती ते चा सार वेच पाया उठी ओ मेरा सोना बचड़ा तेरी भेण लिखवा चिखाए मरहबा बिस्मिल्ला में नो करो थोड़े बंदे रह गए हो चला मां पियो नु नसीमो आदे मौला कई निशानी आज वाल वन्या जमाने तई बेवफा सदी सैयदा दे वादो या डावी आले ने शहादत मेरी पड़ी सी शबी तेरी बन डावी नी जुबो सी उमती वाग न पिवदो सी डावी नी जल्दी दी गरो सी चौं साला नी सैयदा दी तरी वाग ना प्याक सी दसा की वे लहाई वो जंद छुड़ा वना मरहबा मरहबा बैके माँ पियो नसीबो वे जुल जनाव लाए वाग तुटी हुई है जीन लियो या जदा खयाम दे दरवाजे ते आए अली दी धिया दिया घोड़ा मेरा भिरा के थे आदे आम दिन खैर दियो भी लहगी है चौसा लनी से यजा दिया दिया लथा है विलन वनिया आलिया दी आवाज आई ना वंज मत बाबा नाराज होई उचर नी तवैल कर क्या दिया अम्मा मैं दे बाहर वन्यान किते ना कर इनकारे मैं समणा है प्यो दे मरहबा शर्म ना करे वो जरा देख तो सही बैठा रा दे दाए मेरे नाल सढेर पे मरहबा आखरी वैन मैं नहीं पढ़दा धी आई की सौखी आई है भाई जान सारे हजादार रोंदे पैन एक दुआ तो मंगो शाला काई धी प्यो नो मरदा वेखे मरींदा ना वेखे आदिया बाबा मिले नहीं जिन्ना दी हाय निकली है एक नाल एक कई सैल दी नाल नहीं बोले बंदा नहीं आया जिन्नी हाय ना निकले आदिया दादी वाल वन्या बाबा नहीं बोले ना लाया कुरान भी चौथे कदम ते गई है जबरील ताज लाया है मोड़े हिला क्या दे हुसैन अल्लाह प्यार दे जो मनवा नहीं मनवा मेरा हाथ जमीन ते आंधा प्यार जितना हो सकता ही दीन हुआ पासाद जख्मिया चा क्या दे वाला पुत्रा मोया सरे सैयदा दे वाला मेरे मार मरहबा मरहबा बेटा भाई के अल्लाह गवाए धीत प्यो दियां गल्लां नाए मुकिया ओ लांती आया जेंदी लका बढ़ाया आदर हुसैन औखे वेले दी साड़ लईए सैयदा दे हया कर औखे वेले सखियां नहीं वेनियां धियां आप आवेनियां ए आदे तू टुरे से या मैं मरहबा जिन्हां दी छोटी औलाद है इस गर्मी च बंदे अपने नु नहीं रोंदे रूहानियां दसेंदिए मां आई बैठियां सी बचड़े दी मुकाम झलैन ए आदे तू टुरे से या मैं टोरा सैयदा दे अम्मा मेरी धी नु चाओ तो खैमे लै वाज मलका जंजबार चाया धी सतवें कदम ते गई है इस मजलूम दियां जुल्फां च हाथ रख्या आदिया डाडी लाहा मेरा बाबा कल्ला प्या मरिंदा जेंदे हत्थां ते मातम दी लकीर है पहली दरब चली है आदम टिब्बा छोड़ा है मेरा पढ़ना सौखा तड़ा सुनना सौखा जरबा वध दी आई है न धी नाल रल दी आई है धी आंदिया कातल हटा छोड़ेंदा अलामा नासर वाल शहीद मुल्तान आले ओ पर्दे ओंदे आएन धी उतना दूर खड़ी है जिथो ताई कातल दा हाथ ना वेंदा चौथी जरब चली है उदे दौड़िए जिदे चाचे दी लाश है साढ़ मार क्या दिए बैठा साइया काड़ा काड़ कताल कर मेरे प्यो को शिमार कमीना हार जराब ते तेरा हाय वना मरहबा हाथ चाओ जड़े मातमी बैठे हो सजा हाथ सार्थ रखे मैं सलाम पे करेला मेरा सारे हाथ सवाल सजा दादा तड़े कुल याद ते मंगना कातिल ता अली दा भी है के
بولو اللہ ہاتھ دیتے ماتم واسطے قاتل مظلوم حسین روی ہکے جواب تے علی نو ایک ضرب کیوں حسین نو تیرا کیوں بندہ نہیں آیا جن دی ہائے نہ نکلے اللہ گواہے علی نو ایک ضرب مار کے قاتل دوڑ گیا اونو ڈر علی دی قطار پتران دی موجود ہے حسین دے قاتل تسلی ایں دے چھڑا منالا کیندل سجیاں والے دیا دیا ہاتھ کاڈ میں دے پیو دیا ہائے وہ زلفا چوں باشندہ کان منجفا دا کانڈ خالی مرحبا مرحبا اچھوائن تو سلام بھائی دیوال منبر کوئی سنی بیٹھا ہے اور روانہ نی شکل بناوے میرا دی بندہ مادی گو تلے کے مسائب سنے لگائے او دی ہائے نہ نکلی ارمان لکشی چال تیر بھی ضرب گئی میں اتھائی چھوڑے ہوا بابا جی پرزا بورائی لیکن بھائی میں نو حکم کی تے پانیوں ماما دھیاں تو اڑیاں مہمان چل تیروی ضرب گئی بندہ میرو سی جنی آئے نہ نکل سی سار شمر لے گیا جواب دے رسول دا نواسا اس سار انج چاہے بولو کلمہ پڑھ دائیں انج چاہے ای طریقے کمینے سر چاہے یا بغیر سر دے شبیر دو میں عبید ودھا کیا دن آسام پا میں دے سینے تے تیکوں پیودا سینہ ملنا بیار کے ولنے وطنات میری دی اجڑی تے اللہ اللہ